ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮਰਾਠਵਾੜਾ ਜਨ ਨੇਤਾ ਅਨੰਤ ਰਾਮ ਭਾਲੇ ਰਾਓ ਅਤੇ ਪੀਲੂ ਮੋਦੀ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1899 ਨੂੰ ਇਲਾਹਾਬਾਦ ਵਿੱਚ ਹੋਇਆ ਸੀ। 16 ਸਾਲ ਦੀ ਉਮਰ ਤੱਕ ਘਰ ਵਿੱਚ ਹੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਪ੍ਰਸਿੱਧ ਅੰਗਰੇਜ਼ੀ ਸਕੂਲ ਹੈਰੋ ਚਲੇ ਗਏ। ਉੱਥੇ ਉਹਨਾਂ ਨੇ 2 ਸਾਲ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਜਵਾਹਰ ਲਾਲ ਨੇ ਕੈਂਬਰਿਜ ਦੇ ਟ੍ਰਿਨਿਟੀ ਕਾਲਜ ਵਿੱਚ ਦਾਖਲਾ ਲਿਆ। ਕੈਂਬਰਿਜ ਤੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਹ ਲੰਡਨ ਦੀ ਈਨਰ ਟੈਂਪਲ ਵਿੱਚ 2 ਵਰ੍ਹਿਆਂ ਦੀ ਪੜ੍ਹਾਈ ਤੋਂ ਬਾਅਦ ਪ੍ਰੈਸ਼ਰ ਬਣ ਗਏ। ਭਾਰਤ ਵਾਪਸ ਆਉਣ 'ਤੇ ਨਹਿਰੂ ਨੇ ਸਭ ਤੋਂ ਪਹਿਲਾਂ ਵਕੀਲ ਦੇ ਰੂਪ ਵਿੱਚ ਸਥਾਪਿਤ ਹੋਣ ਦਾ ਯਤਨ ਕੀਤਾ, ਪਰ ਅਟਾਰਨੀ ਦੇ ਰੂਪ ਵਿੱਚ ਨਹਿਰੂ ਅਸਫਲ ਰਹੇ। ਮਹਾਤਮਾ ਗਾਂਧੀ ਨਾਲ ਮਿਲਣ ਤੱਕ ਉਹਨਾਂ ਦੀ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਸੀ। ਗਾਂਧੀ ਜੀ ਦੇ ਕਹਿਣ 'ਤੇ ਜਵਾਹਰ ਨਿਡਰ ਹੋ ਕੇ ਬਿਨਾਂ ਕਿਸੇ ਨਫ਼ਰਤ ਦੇ ਭਾਰਤ ਦੇ ਅੰਗਰੇਜ਼ ਹਾਕਮਾਂ ਨਾਲ ਲੜਾਈ ਲਈ ਆਕਰਸ਼ਕ ਹੋਏ। ਭਾਰਤੀ ਰਾਜਨੀਤੀ ਵਿੱਚ ਨਹਿਰੂ ਦੀ ਭੂਮਿਕਾ 1929 ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੱਕ 2 ਦਰਜੇ ਦੀ ਹੀ ਬਣੀ ਰਹੀ। ਲਾਹੌਰ ਵਿੱਚ ਕਾਂਗਰਸ ਦੇ ਇਤਿਹਾਸਕ ਇਜਲਾਸ ਵਿੱਚ ਉਹਨਾਂ ਦੇ ਪ੍ਰਧਾਨ ਬਣਨ 'ਤੇ ਭਾਰਤ ਦੇ ਸਿਆਸੀ ਟੀਚੇ ਦੇ ਰੂਪ ਵਿੱਚ ਸੰਪੂਰਨ ਆਜ਼ਾਦੀ ਦੀ ਮੰਗ ਕੀਤੀ ਗਈ। 1921 ਤੋਂ 1945 ਤੱਕ ਨਹਿਰੂ ਨੂੰ 8 ਵਾਰ ਹਿਰਾਸਤ ਵਿੱਚ ਲਿਆ ਗਿਆ। ਇਸ ਤਰ੍ਹਾਂ ਉਹ ਕੁੱਲ ਮਿਲਾ ਕੇ 9 ਸਾਲ ਜੇਲ੍ਹ ਵਿੱਚ ਰਹੇ। ਸੁਤੰਤਰਤਾ ਤੋਂ ਬਾਅਦ ਨਹਿਰੂ ਨੂੰ ਪਹਿਲਾਂ ਪ੍ਰਧਾਨ ਮੰਤਰੀ ਚੁਣਿਆ ਗਿਆ। And now the time comes when we shall redeem our pledge, not wholly or in full measure, but very substantially. At the stroke of the midnight hour, when the world sleeps, India will awake to life and freedom. ਨਵੇਂ ਗਣਰਾਜ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹਿਰੂ ਨੇ ਲੋਕਤੰਤਰੀ ਰਾਜਨੀਤੀ, ਯੋਜਨਾਬੰਦ ਅਰਥ ਵਿਵਸਥਾ ਅਤੇ ਸਨਅਤੀ ਵਿਕਾਸ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ। ਉਹਨਾਂ ਨੇ ਉੱਚ ਸਿੱਖਿਆ ਦੇ ਅਦਾਰਿਆਂ 'ਤੇ ਧਿਆਨ ਦਿੱਤਾ। ਪੁਲਾੜ ਟੈਕਨੋਲੋਜੀ ਅਤੇ ਪਰਮਾਣੂ ਊਰਜਾ ਦੇ ਖੇਤਰ ਵਿੱਚ ਉਹਨਾਂ ਦੀਆਂ ਦੂਰਦਰਸ਼ਨੀ ਨੀਤੀਆਂ ਸਨ। ਨਹਿਰੂ 18 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਤੇ 1950 ਤੋਂ ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਬਣੇ। ਨਹਿਰੂ ਨੇ ਭਾਰਤ ਵਿੱਚ ਪਾਰਲੀਮਾਨੀ ਸਰਕਾਰ ਦੀ ਸਥਾਪਨਾ ਕੀਤੀ ਅਤੇ ਵਿਦੇਸ਼ੀ ਰਾਜਨੀਤੀ ਵਿੱਚ ਨਿਰਪੱਖ ਅਤੇ ਗੁੱਟ ਨਿਰਲੇਪ ਨੇਤਾ ਦੇ ਰੂਪ ਵਿੱਚ ਪਛਾਣ ਬਣਾਈ। ਉਹ 1930 ਅਤੇ 1940 ਦੇ ਦਹਾਕੇ ਵਿੱਚ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਸਨ। 27 ਮਈ 1964 ਨੂੰ ਨਹਿਰੂ ਦਾ ਦੇਹਾਂਤ ਹੋ ਗਿਆ। ਲੇਖਕ ਦੇ ਰੂਪ ਵਿੱਚ ਉਹਨਾਂ ਨੇ ਵਧੇਰੇ ਸ਼ਲਾਘਾ ਹਾਸਲ ਕੀਤੀ ਲੇਖਕ ਦੇ ਰੂਪ ਵਿੱਚ ਉਹਨਾਂ ਨੇ ਵਧੇਰੇ ਸ਼ਲਾਘਾ ਹਾਸਲ ਕੀਤੀ। ਜੇਲ੍ਹ ਵਿੱਚ ਨਹਿਰੂ ਨੇ ਲੈਟਰਸ ਫਰੋਮ ਏ ਫਾਦਰ ਟੂ ਹਿਸ ਡਾਟਰ, ਐਨ ਆਟੋਬਾਇਓਗ੍ਰਾਫੀ ਅਤੇ ਦ ਡਿਸਕਵਰੀ ਆਫ ਇੰਡੀਆ ਸ਼ਾਮਲ ਏ, ਜੋ ਦੁਨੀਆ ਭਰ ਵਿੱਚ ਪੜ੍ਹੀ ਜਾਂਦੀ ਹੈ। ਮਰਾਠਵਾੜਾ ਜਨ ਨੇਤਾ ਅਨੰਤ ਰਾਮ ਭਾਲੇ ਰਾਓ ਦਾ ਜਨਮ 14 ਨਵੰਬਰ 1918 ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਹੋਇਆ ਸੀ। ਉਹ ਅੰਨਾ ਦੇ ਨਾਂ ਨਾਲ ਲੋਕਪ੍ਰਿਯ ਸਨ। ਅਨੰਤ ਰਾਓ ਅਜਿਹੇ ਪੱਤਰਕਾਰ ਸਨ ਜਿਨ੍ਹਾਂ ਨੇ ਕਦਰਾਂ ਕੀਮਤਾਂ ਦੇ ਅਧਾਰ ਜ਼ਿੰਦਗੀ ਬਤੀਤ ਕੀਤੀ। ਉਹ ਜਵਾਨੀ ਵਿੱਚ ਹੈਦਰਾਬਾਦ ਮੁਕਤੀ ਅੰਦੋਲਨ ਵਿੱਚ ਸ਼ਾਮਲ ਹੋਏ, ਜਿਸ ਲਈ ਉਹਨਾਂ ਨੂੰ ਜੇਲ੍ਹ ਵੀ ਹੋਈ। 1944 ਵਿੱਚ ਉਹਨਾਂ ਨੇ ਲਗਾਨ ਦੀ ਵਸੂਲੀ ਦੇ ਵਿਰੋਧ ਵਿੱਚ ਨਿਜ਼ਾਮ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ। ਅਨੰਤ ਰਾਓ ਨੇ ਵਾਗਮਾਰੇ ਨਾਲ ਮਰਾਠਵਾੜਾ ਅਖ਼ਬਾਰ ਦਾ ਸੰਪਾਦਨ ਵੀ ਕੀਤਾ। ਉਹਨਾਂ ਨੇ ਮਰਾਠਵਾੜਾ ਅਖ਼ਬਾਰ ਦੇ ਦਰਵਾਜ਼ੇ ਤੱਕ ਲੋਕਾਂ ਨੂੰ ਸ਼ਿਕਾਇਤਾਂ ਪੇਸ਼ ਕਰਨ ਦਾ ਮੌਕਾ ਦੇ ਕੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਅਨਿਆਂ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ। ਨਤੀਜੇ ਵਜੋਂ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਮਰਾਠਵਾੜਾ ਖੇਤਰ ਦੇ ਲੋਕਾਂ ਦੀ ਆਵਾਜ਼ ਹੈ। ਲੋਕ ਹੁਣ ਅਨੰਤ ਰਾਓ ਨੂੰ ਜਨ ਨੇਤਾ ਦੇ ਰੂਪ ਵਿੱਚ ਦੇਖਣ ਲੱਗੇ ਸਨ। ਹੈਦਰਾਬਾਦ ਵਿੱਚ ਇਸ ਅਖ਼ਬਾਰ ਉੱਪਰ ਪਾਬੰਦੀ ਲਗਾ ਦਿੱਤੀ। 15 ਅਗਸਤ 1947 ਨੂੰ ਲੋਕਾਂ ਨੂੰ ਆਪਣੇ ਘਰਾਂ ਅਤੇ ਜਨਤਕ ਥਾਵਾਂ 'ਤੇ ਤਿਰੰਗਾ ਲਹਿਰਾਉਣ ਦੇ ਮਾਧਿਅਮ ਨਾਲ ਸੱਤਿਆਗ੍ਰਹਿ ਦੀ ਅਪੀਲ ਕੀਤੀ ਗਈ। ਇਸੇ ਕਾਰਨ ਨਿਜ਼ਾਮ ਦੀ ਹਥਿਆਰਬੰਦ ਪੁਲਿਸ ਨਾਲ ਟਕਰਾਅ ਹੋਇਆ। ਹਿਲਸ ਆਫ ਪਾਰਲਰ ਵਿੱਚ ਜੰਗਲ ਸੱਤਿਆਗ੍ਰਹਿ ਦੌਰਾਨ 7 ਤੋਂ 8 ਹਜ਼ਾਰ ਲੋਕ ਇਕੱਠੇ ਹੋਏ। ਅਨੰਤ ਰਾਓ ਨੇ ਇਹਨਾਂ ਲੜਾਈਆਂ ਦੀ ਅਗਵਾਈ ਕੀਤੀ। 1948 ਵਿੱਚ ਨਿਜ਼ਾਮ ਦੀ ਹਕੂਮਤ ਖਤਮ ਹੋਣ ਨਾਲ ਮਰਾਠਵਾੜਾ ਨੂੰ ਮੁੜ ਸ਼ੁਰੂ ਕੀਤਾ ਗਿਆ।
14 ਨਵੰਬਰ ਪੀਲੂ ਮੋਦੀ ਦੀ ਜਯੰਤੀ ਵੀ ਹੈ। ਮੋਦੀ ਵਾਸਤੂਕਲਾ ਦੇ ਵਿਦਵਾਨ, ਰਾਜਨੇਤਾ, ਸਵਤੰਤਰ ਪਾਰਟੀ ਦੇ ਸੰਸਥਾਪਕ ਮੈਂਬਰ ਸਨ। ਮੋਦੀ ਦੀ ਸਿੱਖਿਆ ਦੇਹਰਾਦੂਨ ਦੇ ਦੂਨ ਸਕੂਲ ਵਿੱਚ ਹੋਈ ਸੀ। ਉੱਚ ਸਿੱਖਿਆ ਬਰਕਲੇ ਦੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਹਾਸਲ ਕੀਤੀ, ਜਿੱਥੋਂ ਉਹਨਾਂ ਨੇ ਵਾਸਤੂਕਲਾ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀ ਡਿਗਰੀ ਲਈ। ਸਿਆਸੀ ਜ਼ਿੰਦਗੀ ਵਿੱਚ ਪੀਲੂ ਮੋਦੀ ਉਦਾਰਵਾਦ ਅਤੇ ਸੁਤੰਤਰਤਾ ਦੇ ਹਮਾਇਤੀ ਸਨ। 1967 ਦੀਆਂ ਆਮ ਚੋਣਾਂ ਵਿੱਚ ਉਹਨਾਂ ਨੂੰ ਗੁਜਰਾਤ ਦੀ ਗੋਧਰਾ ਸੀਟ ਤੋਂ ਲੋਕ ਸਭਾ ਲਈ ਚੁਣਿਆ ਗਿਆ। 1971 ਵਿੱਚ ਉਹ ਮੁੜ ਤੋਂ ਲੋਕ ਸਭਾ ਚੋਣ ਜਿੱਤ ਗਏ ਅਤੇ ਮਾਰਚ 1977 ਤੱਕ ਲੋਕ ਸਭਾ ਦੇ ਮੈਂਬਰ ਰਹੇ। 1972 ਵਿੱਚ ਉਹਨਾਂ ਨੇ ਵਾਸਤੂਕਲਾ ਐਕਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ 1975 ਵਿੱਚ ਭਾਰਤ ਵਿੱਚ ਐਮਰਜੈਂਸੀ ਦੌਰਾਨ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਅੰਦਰੂਨੀ ਸੁਰੱਖਿਆ ਕਾਨੂੰਨ ਦੇ ਤਹਿਤ ਪ੍ਰਦਾਨ ਕੀਤੇ ਗਏ ਵਿਵਾਦਿਤ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਇੰਦਰਾ ਗਾਂਧੀ ਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ। 10 ਅਪ੍ਰੈਲ 1978 ਨੂੰ ਮੋਦੀ ਰਾਜ ਸਭਾ ਦੇ ਮੈਂਬਰ ਬਣ ਗਏ ਅਤੇ 1983 ਵਿੱਚ ਦੇਹਾਂਤ ਤੱਕ ਰਾਜ ਸਭਾ ਦੀ ਸੇਵਾ ਕੀਤੀ।